सतनाम करता पुरख निर्भव निर्वैर अकाल मूर्ति अजूनी सैभंगुर प्रसाद राग सूही महला पहला चौप दे कर पहला पांडा तोय बैस तू देव तो तू देखु जाव दूध कर्म पुन सुर समैण होए निराश जिमाव जपूत एक नामा और निरापल कामा रहा एहो मन कीटी हाथ करो पुण्य तुरु नींद नया वह रसना नाम जपूत मतिये इन विधि अमृत पाव मन संपट जित सत सारी नाम पावन पाती तृप्त करे पूजा प्राण सेवक जी सेवे इन बिंद साहब रब्द राय कहिंदे कह 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 जावे तुम सब अवर न कोई भगत हीन नानक जन जंपै हो सलाही सच्चा सोई सोई महला पहला कर दूजा एकांकार सतगुर प्रसादी अंतरी वसे न बाहर जाए अमृत छोट काए बिकाए ऐसा ज्ञान जप मन मेरी तो वो चाकर साचे केरी ज्ञान ध्यान सब कोई रवै बंधन बंद सब जग पवै सेवा करी सुचा करोई जल तल मैयल राम रया सोई हम नहीं चंगे बुरा नहीं कोई परणवत नानक तारे सोई सूही महला पहला कारी शिवा एकांकार सतगुर प्रसादे राग सूही महला पहला चौप दे कर पहला पांडा तोय बैस तू देव तो तू देखु जाव दूध कर्म पुन सुर समैण होए निराश माही चलिए कॉलेज होगी रेडी आई एक मिनट माही पुत्र रोटी तैयार है रोटी तो खा जा नहीं मम्मा मैं कैंटीन से कुछ खा लूंगी मैं लेट हूँ चल ठीक है चलिए चल चल चलिए पहले सोच लेट हूँ Thank you.
नाम है मेरा जब्बर, उस्ताद है मेरा गब्बर। की क्या मैनु सुनिया नहीं, दोबारे फेर क्यों? भाई जी इन्हें दा कड्डा आपां बाद कड्डांगे, पहलो मंत्री साहब नूं मिलना जरूरी है। अज तेरी किस्मत चंगी आ कि तू बच गई है, नहीं ते तेनू दस दिंदा जब्बर किस चीज दा नाम आ। ਲੱਗਦਾ ਸੋਹਣੇ ਹੋ, ਕਾਲਜ ਦੇ ਵਿੱਚ ਨਵੇਂ ਨਵੇਂ ਆਏ ਤੁਸੀਂ। ਉਹ ਤੁਹਾਡਾ ਨਾਂ ਕੀ ਹੈ ਸੋਹਣਿਓ? ਇਹ ਕੀ ਬਦਤਮੀਜ਼ੀ ਹੈ? ਬੜਾ ਸ਼ੌਂਕ ਆ ਕੁੜੀਆਂ ਦੇ ਨਾਂ ਪੁੱਛਣ ਦਾ ਤੈਨੂੰ, ਹੈ ਨਾ? ਮੈਨੂੰ ਦੱਸਾਂ ਸੋਹਣਿਓ, ਪ੍ਰਧਾਨ ਮੈਂ ਆ, ਇਹ ਗੁੰਡਾਗਰਦੀ ਬਾਹਰ ਜਾ ਕੇ ਕਰੂ। ਚੱਲ ਓਏ ਭੱਜ ਆ ਤੂੰ। ਮਾਨਵ ਸ਼ਾਬਾਸ਼ੀ। ਥੈਂਕ ਯੂ ਸਰ। ਤੁਹਾਡਾ ਕੀ ਨਾਮ ਹੈ? ਮਾਹੀ। ਮਾਹੀ, ਤੁਹਾਡੀ ਨਿਊ ਐਡਮਿਸ਼ਨ ਹੈ? ਠੀਕ ਹੈ। ਇਹ ਮਾਨਵ ਆਪਣਾ ਕਾਲਜ ਦਾ ਹੋਣਹਾਰ ਬੱਚਾ ਹੈ, ਤੇ ਜਾਓ ਮਾਨਵ ਇਹਨਾਂ ਨੂੰ ਕਲਾਸਰੂਮ ਛੱਡ ਕੇ। ਠੀਕ ਹੈ ਸਰ, ਚਲੋ ਮਾਹੀ। ਹੈਲੋ, ਮੈਂ ਕੁਲਵਿੰਦਰ ਸਿੰਘ MLA ਬੋਲਦਾ, ਮੰਤਰੀ ਸਾਹਿਬ ਨਾਲ ਗੱਲ ਕਰਾਇਓ। ਮੰਤਰੀ ਸਾਹਿਬ MLA ਕੁਲਵਿੰਦਰ ਸਿੰਘ ਦਾ ਆ ਗੱਲ ਕਰਿਓ। ਹਾਂ ਵੀ ਕੁਲਵਿੰਦਰ ਸਿੰਘ। ਸਤਿ ਸ੍ਰੀ ਅਕਾਲ ਮੰਤਰੀ ਸਾਹਿਬ। ਸਤਿ ਸ੍ਰੀ ਅਕਾਲ। ਹਾਂ ਵੀ ਕੁਲਵਿੰਦਰ ਸਿੰਘ, ਕਿਵੇਂ ਯਾਦ ਕੀਤਾ? ਇਸ ਤਰ੍ਹਾਂ ਜੀ, ਮੇਰਾ ਨਾ ਇੱਕ ਮਸਲਾ ਸੀ 20 acres ਜ਼ਮੀਨ ਦਾ, ਅਤੇ ਉਹ ਜਿਕਰ ਇਹ ਬਣਿਆ ਸੀ ਵੀ ਮੈਂ ਆਪਣੀ ਤੇ ਲੱਗਦੀ ਵਾਹ ਲਾ ਲਈ ਸੀ, ਉਹ ਕਿਸੇ ਬੰਦਿਆਂ ਨੇ ਕਬਜ਼ਾ ਕੀਤਾ ਹੋਇਆ ਸੀ, ਅਤੇ ਮੈਂ ਆਪਣੀ ਵਾਹ ਲਾ ਲਈ ਆ ਅਤੇ ਪਰ ਨਹੀਂ ਰੁਕਾਇਆ ਕੰਮ। ਮੰਤਰੀ ਸਾਹਿਬ ਇਹ ਕੰਮ ਹੁਣ ਤੁਸੀਂ ਕਰਵਾ ਸਕਦੇ ਜੀ। ਤੂੰ ਕੁਲਵਿੰਦਰ ਸਿੰਘ ਮੇਰੇ ਹੁੰਦਿਆਂ ਫਿਕਰ ਕਿਉਂ ਕਰਦਾ? ਮੈਂ ਕਰਦਾ ਬੰਦਿਆਂ ਨੂੰ ਫੋਨ, ਤੇਰਾ ਮਸਲਾ ਹੱਲ ਹੋ ਜਾਏਗਾ। ਠੀਕ ਹੈ ਮੰਤਰੀ ਸਾਹਿਬ, ਧੰਨਵਾਦ। ਓਕੇ। ਹੈਲੋ। ਹਾਂ ਜੱਬਰ, ਇੱਕ ਕੰਮ ਆ, ਸ਼ਾਮ ਨੂੰ ਮਿਲਵੀ। ਆ ਗਿਆ ਮੇਰਾ ਬੱਚਾ, ਆਲੂ ਪਾਣੀ ਪੀ ਲਓ। ਹੋਰ ਕਿੱਦਾਂ ਰਿਹਾ ਮੇਰੇ ਪੁੱਤ ਦਾ ਕਾਲਜ ਦਾ ਪਹਿਲਾ ਦਿਨ? ਬਹੁਤ ਬੇਕਾਰ ਆ। ਕਿਉਂ, ਕੀ ਗੱਲ ਹੋ ਗਈ? ਜਿਹਦੇ ਕਾਰਨ ਸਾਡੀ ਬਦਨਾਮੀ ਹੋਵੇ। ਮੰਮੀ, ਮੈਂ ਬਾਹਰ ਤਾਂ ਜਾਂਦੀ ਹਾਂ ਤਾਂ ਕਿ ਪੜ੍ਹ ਲਿਖ ਕੇ ਕੁਛ ਬਣ ਸਕਾਂ ਤੇ ਤੁਹਾਡਾ ਨਾਮ ਰੋਸ਼ਨ ਕਰ ਸਕਾਂ। ਮੰਮੀ ਮੇਰੇ ਤੇ ਟਰੱਸਟ ਰੱਖਿਓ, ਮੈਂ ਕਦੀ ਵੀ ਕੋਈ ਗਲਤ ਕੰਮ ਨਹੀਂ ਕਰਾਂਗੀ। ਬਾਕੀ ਤੂੰ ਬਾਹਰ ਦਾ ਮਾਹੌਲ ਦੇਖ ਹੀ ਲਿਆ, ਕਿੰਨਾ ਖਰਾਬ ਹੈ। ਚੱਲ ਛੱਡ, ਤੂੰ ਰੈਸਟ ਕਰ, ਮੈਂ ਤੇਰੇ ਲਈ ਕਾਫੀ ਲੈ ਕੇ ਆਉਂਦੀ ਹਾਂ। ਠੀਕ ਆ।
ਸਤਿ ਸ਼੍ਰੀ ਅਕਾਲ ਮੰਤਰੀ ਸਾਹਿਬ। ਮੰਤਰੀ ਸਾਹਿਬ ਕਿਵੇਂ ਯਾਦ ਕੀਤਾ ਸੀ? ਹਾਂ ਜੱਬਰ ਸਿਆਹ, ਤੇਰੇ ਤਾਂ ਇੱਕ ਕੰਮ ਸੀ। ਇੱਕ ਖਾਸ ਬੰਦਾ ਹੈ, ਉਹਦੇ 20 ਕਿਲਿਆਂ 'ਤੇ ਕਬਜ਼ਾ ਹੈ ਕਿਸੇ ਦਾ, ਉਹ ਛਡਵਾਉਣਾ। ਉਹ ਮੰਗਿਆ ਪੈਸਾ ਮਿਲੇ। ਹਾਂਜੀ ਮੰਤਰੀ ਸਾਹਿਬ, ਤੁਹਾਡਾ ਕੋਈ ਖਾਸ ਬੰਦਾ ਹੀ ਲੱਗਦਾ ਜਿਹਦਾ ਕਰਕੇ ਤੁਸੀਂ ਇੱਥੇ ਮੈਨੂੰ ਬੁਲਾਇਆ, ਨਹੀਂ ਤਾਂ ਤੁਹਾਡਾ ਕੰਮ ਤਾਂ ਅਸੀਂ ਫੋਨ 'ਤੇ ਕਰ ਦਿੰਦੇ ਹੁੰਦੇ ਹਾਂ। ਬੰਦਾ ਵੀ ਖਾਸ ਹੈ ਅਤੇ ਕੰਮ ਵੀ ਜ਼ਰੂਰੀ ਕਰਨਾ, ਪੈਸੇ ਦੀ ਤੁਸੀਂ ਪਰਵਾਹ ਨਾ। ਮੰਤਰੀ ਸਾਹਿਬ ਸਾਡੇ ਹੁੰਦਿਆਂ ਫਿਕਰ ਕਿਉਂ ਕਰਦੇ ਜੋ? ਕੰਮ ਤੁਹਾਡਾ ਹੋ ਜਾਊਗਾ, ਬਸ ਐਡਵਾਂਸ ਪਾਉਣ ਦਾ ਕਰ ਦਿਓ। ਤੁਸੀਂ ਫਿਕਰ ਨਾ ਕਰੋ, ਐਡਵਾਂਸ ਤੁਹਾਡਾ ਸ਼ਾਮ ਤੱਕ ਪਹੁੰਚ ਜੂਗਾ, ਕੰਮ ਦਾ ਫਿਕਰ। ਠੀਕ ਹੈ ਮੰਤਰੀ ਸਾਹਿਬ, ਚੱਲਦੇ ਆਏ। ਸਤਿ ਸ਼੍ਰੀ ਅਕਾਲ। ਹਾਂ ਮਾਹੀ, ਕਿਵੇਂ ਹੋ? ਵਧੀਆ ਵਧੀਆ, ਤੁਸੀਂ ਸੁਣਾਓ? ਮੈਂ ਵਧੀਆ, ਕੀ ਕਰਦੇ ਪਏ ਸੀ? ਮੈਂ ਥੋੜ੍ਹਾ ਬਸ ਪੜ੍ਹਦੀ ਪਈ ਸੀ। ਮਾਹੀ ਤੁਸੀਂ ਕੱਲ੍ਹ ਨੂੰ ਕਾਲਜ ਨਾ ਜਲਦੀ ਆਉਣ ਦੀ ਕੋਸ਼ਿਸ਼ ਕਰਨਾ, ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ। ਮੈਨੂੰ ਦੱਸੋਗੇ ਸਰਪ੍ਰਾਈਜ਼ ਕੀ ਹੈ? ਜੇ ਪਹਿਲਾਂ ਹੀ ਦੱਸਤਾ ਫਿਰ ਸਰਪ੍ਰਾਈਜ਼ ਕਾਹਦਾ ਰਹਿ ਗਿਆ। ਤੁਸੀਂ ਕੱਲ੍ਹ ਨੂੰ ਨਾ ਟਾਈਮ ਨਾਲ ਪਹੁੰਚ ਜਾਓ, ਇੱਥੇ ਆ ਕੇ ਦੱਸੂੰਗਾ ਤੁਹਾਨੂੰ ਮੈਂ। ਠੀਕ ਹੈ ਜੀ, ਮੈਂ ਜਲਦੀ ਆਉਣ ਦੀ ਕੋਸ਼ਿਸ਼ ਕਰੂੰਗੀ। ਬਟ ਹਾਂਜੀ, ਓਕੇ, ਲਵ ਯੂ ਟੂ, ਬਾਏ ਬਾਏ। ਸਰਪ੍ਰਾਈਜ਼ ਕੀ ਹੋ ਸਕਦਾ? ਚਲ ਕੱਲ੍ਹ ਜਾ ਕੇ ਦੇਖੂੰਗੀ। ਦੋਵੇਂ ਜਾਣੇ
हाँ जी मंत्री साहब सत श्री अकाल जी। सत श्री अकाल। ताड़ा काम करता जी। खुश किया जबरा ये मंत्री साहब जे होर कोई काम होया ते दस्यो। खुश किया जबरा तेरे वास्ते एक छोटा जा नाम लेके मंत्री साहब इन्हां दा की करिए जबरा जे तां तू इन्हां दीआं अखां बन के लिआउंदा तां शायद हो सकदा सी इन्हां नूं बख्श दें तू तां इन्हां दे मूंह बन के लिआ हुण मैनूं दसना पऊगा इन्हां दा की करना है। चंगा जबरा आज मैनू क्यों सद्या मंत्री साहब माण मैं अपने आप नूं बहुत वड्डा लाडू खां समझदा सी ना ओहदी मशहूर चक लियांदी है क्योंकि जे ओह तुहाडा दुश्मन वा ते मेरा भी बहुत वड्डा दुश्मन वा क्योंकि उहने मेरे भरा दे थप्पड़ मारिया सी आया नी तेरा वड्डा आशिक थप्पड़ मारिया सी ना मेरे पहला तो नू तेरे सामने वड़ांगे ते फिर तेरे तो बदला लवांगे बदला लैन दी हिम्मत तुहाडे च है नहीं ओए ओए तुहानू की लगता सीगा कि तुसी माही नू अपने अड्डे ते चक के लै आओगे ते माही दे मानव नू पता नहीं लगेगा हुण दसदा तुहानू कि मानव की कर सकता तेरे नाल आ जा आ जा तेनू डेंगे सी देखते की हो हाथ साले नू ਮੰਤਰੀਆ ਗੁੰਡੇ ਤਾਂ ਤੇਰੇ ਮਾਰਤੇ ਹੁਣ ਤੇਰਾ ਕੀ ਕਰੀਏ ਬੜੀ ਅੱਗ ਚੁੱਕੀ ਸੀ ਤੂੰ ਹਨਾ ਬੜਾ ਮੱਛਰ ਦਾ ਸੀ ਇਹਨਾਂ ਦੇ ਸਿਰ ਤੇ ਤੂੰ ਵੀ ਸਾਨੂੰ ਪਤਾ ਸੀ ਤੇਰੇ ਸਾਰੇ ਕਾਰਨਾਮਿਆਂ ਦਾ ਮੈਨੂੰ ਮਾਫ਼ ਕਰ ਮੈਨੂੰ ਮਾਫ਼ ਕਰ ਦਿਓ ਮੈਂ ਅੱਜ ਤੋਂ ਬਾਅਦ ਕੋਈ ਵੀ ਮਾੜੇ ਕੰਮ ਨਹੀਂ ਕਰਦਾ ਮੈਨੂੰ ਮਾਫ਼ ਕਰ ਦਿਓ ਇਹ ਜੋ ਵੀ ਇੱਥੇ ਹੋਇਆ ਵਾ ਇਹ ਸਭ ਤੇ ਮਿੱਟੀ ਪਾਲਾ ਮੈਨੂੰ ਮਾਫ਼ ਕਰ ਦੇ ਮਾਨਵ ਮੈਨੂੰ ਗੋਲੀ ਨਾ ਮਾਰ ਮਾਨਵ ਮੈਨੂੰ ਗੋਲੀ ਨਾ ਫਿਰ ਗੱਲ ਸੁਣ ਮੰਤਰੀਆ
एक मौका तेनू फेर दिता यार। अज तो बाद कोई भी पुठा सिद्धा काम किया ते मत्थे च गोली मारांगा।